ਰਾਤੋ ਰਾਤ ਚੋਰਾਂ ਨੇ ਖਾਲੀ ਕੀਤੀ ਸੁਨਿਆਰ ਦੀ ਦੁਕਾਨ। ਤਾਂ ਦੱਸਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਰੀਬ 3 ਵਜੇ ਇਹ ਚੋਰ ਬੜੇ ਸ਼ਾਤਿਰ ਤਰੀਕੇ ਦੇ ਨਾਲ ਇੱਕ ਸੁਨਿਆਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਨੇ ਅਤੇ ਉੱਥੇ ਰੱਖਿਆ ਸੋਨਾ ਅਤੇ ਚਾਂਦੀ ਦੋਨੋਂ ਮੌਕੇ ਤੋਂ ਲੈ ਕੇ ਫਰਾਰ ਹੋ ਜਾਂਦੇ ਨੇ। ਤਾਂ ਇਹ ਚੋਰ ਇੰਨੇ ਚਲਾਕ ਸੀ ਕਿ ਇਹਨਾਂ ਦੇ ਵੱਲੋਂ ਪਹਿਲਾਂ ਤਾਂ ਮੌਕੇ 'ਤੇ ਲੱਗੇ CCTV ਕੈਮਰਿਆਂ ਨੂੰ ਡੈਮੇਜ ਕੀਤਾ ਜਾਂਦਾ, ਫਿਰ ਇਹ ਸੁਨਿਆਰ ਦੀ ਦੁਕਾਨ ਦੇ ਵਿੱਚ ਵੜ ਕੇ ਮੌਕੇ 'ਤੇ ਪਿਆ ਸਾਰਾ ਗਹਿਣਾ ਚੱਕ ਕੇ ਫਰਾਰ ਹੋ ਜਾਂਦੇ ਆ ਅਤੇ ਇਹਨਾਂ ਦੇ ਵੱਲੋਂ ਉੱਥੇ ਮੌਜੂਦ ਕੈਸ਼ ਨੂੰ ਵੀ ਚੋਰੀ ਕਰ ਲਿਆ ਜਾਂਦਾ। ਹਾਲਾਂਕਿ ਆਸ ਪਾਸ ਲੱਗੇ CCTV ਦੇ ਵਿੱਚ ਇਹ ਚੋਰ ਨਜ਼ਰ ਆਏ ਨੇ, ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਸੁਨਿਆਰ ਦੀ ਦੁਕਾਨ ਦੇ ਵਿੱਚ ਵੜ ਕੇ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸਦੇ ਕਿ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਜਿੱਥੇ ਜਵੈਲਰ ਸ਼ਾਪ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਹੀ ਪਤਾ ਲੱਗਿਆ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਚੋਰੀ ਹੋ ਗਈ ਹੈ ਅਤੇ ਚੋਰ ਨੇ ਦੁਕਾਨ ਦੇ ਵਿੱਚ ਇੱਕ ਵੀ ਚੀਜ਼ ਨਹੀਂ ਛੱਡੀ, ਉਹ ਸਾਰਾ ਕੁਝ ਮੌਕੇ ਤੋਂ ਚੋਰੀ ਕਰਕੇ ਲੈ ਜਾਂਦੇ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਹਾਲਾਂਕਿ ਇਸ ਸੰਬੰਧੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ, ਪਰ ਪੁਲਿਸ CCTV ਦੇ ਆਧਾਰ 'ਤੇ ਇਹਨਾਂ ਚੋਰਾਂ ਦੀ ਭਾਲ ਕਰ ਰਹੀ ਹੈ। 1:40 ਕਿੰਨਾ ਕੁ ਨੁਕਸਾਨ? ਕੋਈ 4.5 ਲੱਖ ਕੇ ਨੁਕਸਾਨ ਹੋਇਆ ਹੈ। ਆਪਕੇ ਜਵੈਲਰ ਕੀ ਦੁਕਾਨ ਹੈ, CCTV ਨਹੀਂ ਲਗਾ ਹੁਆ? CCTV ਲਗਾਇਆ ਹੁਆ, ਤੋੜ ਦਿਆ ਹੈ ਜੀ ਸਾਰਾ, ਸਾਰੇ ਤੋੜ ਦਿਆ। ਫਸਟ ਜਬ ਵਹਾਂ ਪੇ ਬਾਹਰ ਆਏ, ਬਾਹਰ ਕਾ ਦੋਨੋਂ ਕੈਮਰੇ ਤੋੜੇ ਉਹਨਾਂ, ਉਸਕੇ ਬਾਅਦ ਅੰਦਰ ਆਇਆ, ਅੰਦਰ ਕਾ ਦੋਨੋਂ ਕੈਮਰੇ ਤੋੜ ਦਿਆ, ਉਸਕੇ ਬਾਅਦ ਫਿਰ ਵਾਰਦਾਤ ਕੋ ਅੰਜਾਮ ਦਿਆ ਗਿਆ। ਔਰ ਉਸਕਾ ਫੋਟੋ ਆ ਰਿਹਾ ਹੈ, ਫਸਟ ਜੋ ਆਇਆ ਥਾ, ਜਬ ਆਇਆ ਥਾ, ਉਸਕਾ ਫੋਟੋ ਆ ਰਿਹਾ ਹੈ, ਹੱਡੀ ਸਾਹਮਣੇ ਪਾਸ ਹੈ, ਹਮਾਰੇ ਪਾਸ ਹੈ ਅਭੀ। ਕਿੰਨਾ ਕੁ ਕੈਸ਼ ਕੁਸ਼, ਕਿੰਨਾ ਕੁ ਸਾਰਾ ਸੋਨਾ ਹੀ ਚਾਂਦੀ ਹੈ ਜਾਂ ਕੈਸ਼? ਸੋਨਾ ਚਾਂਦੀ, ਥੋੜ੍ਹਾ ਕੈਸ਼ ਵੀ ਥਾ, 10,000 ਕੇ ਕਰੀਬ ਕੈਸ਼ ਥਾ, ਕੋਈ 4.25 ਕਿਲੋ ਕੇ ਕਰੀਬ ਚਾਂਦੀ ਥਾ, ਔਰ ਡੇਢ ਤੋਲੇ ਕੇ 15 ਗ੍ਰਾਮ ਕੇ ਕਰੀਬ ਸੋਨਾ ਹੈ। ਪੁਲਿਸ ਵਾਲੇ ਆਏ ਥੇ? ਹਾਂਜੀ ਆਏ ਥੇ ਪੁਲਿਸ ਵਾਲੇ। ਉਹ ਕੱਲੇ ਹਮ ਇਨਵੈਸਟੀਗੇਸ਼ਨ ਕਰਾਂਗੇ, ਉਹ ਸਾਰੇ ਕਰਕੇ ਗਏ, ਉਹ ਇਨਵੈਸਟੀਗੇਸ਼ਨ ਕਰਕੇ ਗਏ। ਪਤਾ ਚਲਾ ਕਿੰਨੇ ਬੰਦੇ ਥੇ ਟੋਟਲ ਜੋ ਆਏ ਹੈ, ਕਿਸ ਚੀਜ਼ ਲਈ ਆਏ ਹੈ? ਕੋਈ 2-3 ਬੰਦੇ ਹਮੇ ਦਿਖ ਰਹਾ ਹੈ, ਜੋ ਥੋੜਾ ਸਾ ਦਿਖ ਰਹਾ ਹੈ ਹਮੇ, 2-3 ਬੰਦੇ ਦਿਖ ਰਹਾ ਹੈ। ਕਿਆ ਕਹਿਣਾ ਚਾਹੋਗੇ, ਕਿੰਨੇ ਵਜੇ ਬੰਦ ਕਰਕੇ ਗਏ ਤੁਸੀਂ? ਮੈਂ 10 ਵਜੇ ਕੇ ਬਸ। ਪੂਰੀ ਘਟਨਾ ਕੇ ਬਾਰੇ ਮੈਂ ਬਤਾਓ, ਕੈਸੇ ਹੋਈ ਥੀ ਘਟਨਾ, ਕੌਣ ਕਿਆ? ਸਰ ਇਹ ਤੋਂ ਨਹੀਂ ਪਤਾ, 1:40 ਪੇ ਬਸ ਹੋਇਆ ਤਾਲਾ, ਕੈਮਰਾ ਸਰ ਪਹਿਲੇ ਤੋੜਾ, ਫਿਰ ਉਹਨੇ। ਆਪਕੋ ਕੈਸੇ ਕਬ ਪਤਾ ਚਲਾ? ਸੁਬਹ? ਹਾਂ, ਸੁਬਹ ਮਾਲਕ ਨੇ ਫੋਨ ਕੀਆ, ਤੋ ਉਹਨੇ ਫੋਨ ਕਰਕੇ ਆ ਕੇ ਦੇਖਿਆ ਸਰ। ਕਿੰਨੇ ਵਜੇ? ਮੇਰੇ ਖਿਆਲ ਸੇ 6:30 ਵਜੇ। 6 ਵਜੇ ਪਤਾ? ਕਿੰਨੀ ਦੇਰ ਹੋ ਗਈ ਦੁਕਾਨ ਕੀ ਆ? 8-10 ਸਾਲ ਹੋ ਗਏ। ਮਤਲਬ ਕਭੀ ਐਸੀ ਕੋਈ ਨਹੀਂ ਹੈ ਸਰ, ਨਹੀਂ ਹੋਈ ਜਵੈਲਰ ਕੇ ਅਭੀ ਨਹੀਂ। ਕਿਆ ਮੰਗ ਕਰਤੇ ਹੋ ਪੁਲਿਸ ਸੇ? ਮੈਂ ਇਸਕਾ ਜਾਂਚ ਕਰਨਾ ਚਾਹੀਏ। ਤੇ ਮੈਂ ਤਾਂ ਲੋਕ ਕਾ ਸਮਾਨ ਹੈ, ਕਸਟਮਰ ਕਾ ਸਮਾਨ ਹੈ। ਕੋਈ ਚੌਕੀਦਾਰ ਵਗੈਰਾ ਨਹੀਂ ਜਹਾਂ ਮਾਰਕੀਟ? ਨਹੀਂ ਸਰ, ਅਭੀ ਨਹੀਂ ਹੈ। ਜੋ ਫੁਟੇਜ ਮੈਂ ਦੇਖ ਰਹੇ ਹਾਂ, ਕਿਸ ਟਾਈਪ ਕੇ ਲੋਕ ਦਿਖ ਰਹੇ ਹੈ? ਆਪ ਪੰਜਾਬੀ ਦਿਖ ਰਹੇ ਹੈ ਜਾਂ ਪ੍ਰਵਾਸੀ ਦਿਖ ਰਹੇ ਹੈ, ਕੈਸੇ ਕੋਈ ਸਰਦਾਰ ਦਿਖ ਰਹੇ ਹੈ? ਨਹੀਂ ਸਰਦਾਰ ਜੀ ਐਸੇ ਨਹੀਂ ਹੈ, ਪਰ ਦਿਖ ਰਹੇ, ਪਰ ਸ਼ਕਲ ਤੋਂ ਪਰ ਪਹਿਚਾਣਾ ਨਹੀਂ ਜਾ ਰਹੇ, ਪਰ ਬਾਕੀ ਦੇਖ ਰਹੇ ਅਭੀ ਇੱਕ ਦੋ ਕੈਮਰੇ ਪਰ ਆਸ ਪਾਸ ਲੱਗੇ ਹੈ ਕੈਮਰੇ? ਹਾਂ, ਲੱਗਾ ਹੋਇਆ, ਉਸ ਮੈਂ ਦੇਖਤੇ ਦੇਖ ਕੇ ਫਿਰ ਪਤਾ ਲੱਗਿਆ। ਇਸ ਤਰ੍ਹਾਂ ਜੀ, ਅਸੀਂ ਥਾਣੇ ਹਾਜ਼ਰ ਸੀ, ਸਾਨੂੰ 112 ਤੋਂ ਕਾਲ ਆਈ ਆ ਵੀ ਇੱਦਾਂ ਦਾ ਕਰਕੇ ਵਿਸ਼ਾਲ ਜਿਊਲਰ ਜਗਤਪੁਰੇ ਆ ਅਤੇ ਉਹਨਾਂ ਦੀ ਦੁਕਾਨ 'ਤੇ ਚੋਰੀ ਹੋ ਗਈ ਆ। ਅਸੀਂ ਤੁਰੰਤ ਮੌਕੇ 'ਤੇ ਗਏ ਹਾਂ, ਮੌਕੇ 'ਤੇ ਜਾ ਕੇ CCTV ਕੈਮਰੇ ਚੈੱਕ ਕਰਨੇ ਹਾਂ, ਬਾਕੀ ਉੱਥੇ ਜੋ ਵੀ ਨੁਕਸਾਨ ਹੋਇਆ ਵਿਸ਼ਾਲ ਜਿਊਲਰ ਨੂੰ ਪੁੱਛਗਿੱਛ ਕੀਤੀ ਅਤੇ ਦੱਸਿਆ ਉਹਨਾਂ ਨੇ, ਅਤੇ ਜੋ ਨਹੀਂ ਬਿਆਨ ਲਿਖਾਇਆ ਲਿਖ ਲਿਆ, ਉਹਦੀ ਪੜਤਾਲ ਜਾਰੀ ਆ, ਬਾਅਦ ਪਕਾਨੇ ਪੜਤਾਲ ਜੈਸੀ ਕਾਰਪੋਰੇਸ਼ਨ ਵੈਸੇ ਲਿਆਉਂਦੀ ਆ ਵੀ।
ਕੋਈ ਸੀ ਸੀ ਟੀ ਵੀ ਦੇ ਵਿੱਚ ਵੀ ਕੁਛ ਦਿਖ ਰਹੇ ਨੇ ਉਹਦੇ ਵਿੱਚੋਂ ਲਈ ਆ ਆਪਾਂ ਹਫ਼ਤੇ ਦੇ ਵਿੱਚ ਉਹ ਘਰ ਦੇ ਵਿੱਚ ਅਸੀਂ ਉਹਨਾਂ ਪੈਨ ਡਰਾਈਵ ਦੇ ਵਿੱਚ ਭਰ ਲਈ ਆ ਸਾਰਾ ਚੈੱਕ ਕਰਕੇ ਬਾਅਦ 'ਚ ਕਰਦੇ ਹਾਂ ਜੀ ਦਿਖ ਰਹੇ ਉਹਦੇ ਵਿੱਚ ਕੁਛ ਬੰਦੇ ਉਹਦੇ ਵਿੱਚ ਸ਼ਕਲ ਤਾਂ ਪੂਰੀ ਕਲੀਅਰ ਨਹੀਂ ਆ ਰਹੀ ਜੀ ਅਤੇ ਮਰਦਮ ਜੇ ਆ ਰਹੀ ਆ ਬਾਕੀ ਫਿਰ ਵੀ ਸੱਜੇ ਖੱਬੇ ਜੋ ਵੀ ਸਾਡੇ ਸੁਰਾਗ ਮਿਲੇ ਉਸ ਮੁਤਾਬਕ ਕਾਰਵਾਈ ਕਰਾਂਗੇ।